ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 5:41 ਅਤੇ ਇਸ ਟਾਈਮ ਆਪਾਂ ਖੜ੍ਹੇ ਹਾਂ ਕੂਚ ਵਿਹਾਰ। ਗੱਡੀ ਆਪਣੀ ਖਾਲੀ ਹੁੰਦੀ ਪਈ ਆ ਅਤੇ 2 ਦਿਨ ਹੋ ਗਏ ਮੈਂ ਬਲੌਗ ਬਣਾਇਆ ਨਹੀਂ। ਸਿੱਲੀਗੁੜੀ ਪਹੁੰਚ ਗਏ ਸੀਗੇ ਜਦੋਂ, ਉਦੋਂ ਬਹੁਤ ਤੋਂ ਬਾਅਦ ਫਿਰ ਮਿੰਟੂ ਬਣਾ ਰਿਹਾ ਸੀਗਾ। ਮੈਂ ਕਿਹਾ ਯਾਰ ਚੱਲ ਮਿੰਟੂ ਬਣਾਊਗਾ ਬਈ, ਆਪਾਂ ਰਹਿਣ ਦਿੰਦੇ ਹਾਂ ਹਲੇ, ਹੈ ਨਾ। ਅਤੇ ਸਿੱਲੀਗੁੜੀ ਖਾਲੀ ਕਰਕੇ ਕੂਚ ਵਿਹਾਰ ਆ ਗਏ ਸੀਗੇ ਅਤੇ ਤੜਕੇ 4 ਵਜੇ ਆਏ ਅਤੇ ਇੱਥੇ ਆ ਕੇ ਗੱਡੀ ਲਾਤੀ ਸੀਗੀ। ਇੱਥੋਂ 1.5 ਕਿਲੋਮੀਟਰ ਪਿੱਛੇ ਪੰਪ ਆ ਅਤੇ ਪੰਪ 'ਤੇ ਗੱਡੀ ਲਾਤੀ ਸੀਗੀ ਅਤੇ ਉੱਥੇ ਸਵੇਰੇ ਉੱਠਿਆ ਮੈਂ, ਪੰਪ ਵਾਲੇ ਨੇ ਠਾਲਿਆ, ਕਹਿੰਦਾ ਭਾਈ ਪਾਰਕਿੰਗ ਦੇ ਦੇ। ਚੱਲ ਉਹਨੂੰ ਪਾਰਕਿੰਗ ਦਿੱਤੀ, ਫਿਰ ਆਪਾਂ ਸੋਏ ਨਹੀਂ ਅਤੇ ਜਾ ਕਰਿਆ। ਅਤੇ ਥੋੜ੍ਹੀ ਦੇਰ ਬਾਅਦ ਰੌਲਾ ਜਿਹਾ ਪੈਣ ਲੱਗ ਗਿਆ ਵੀ ਕਹਿੰਦੇ ਵੀ ਆ ਜਿੱਧਰ ਬੰਦੀ ਹੋਏਗੀ, ਬੰਦੀ ਮਤਲਬ ਬੰਦੀ ਇਹਨੂੰ ਕਹਿ ਦਿੰਦੇ ਹਾਂ ਵੀ ਮਤਲਬ ਸਾਰਾ ਬਾਜ਼ਾਰ ਬਜ਼ੂਰ ਬੰਦ, ਹੈ ਨਾ, ਅਤੇ ਗੱਡੀ ਕੋਈ ਨਹੀਂ ਚੱਲੇਗੀ ਮਤਲਬ ਰੋਡ 'ਤੇ। ਅਤੇ ਉਹ ਉਹੀ ਉਹਦੇ ਵਾਲਾ ਜਿਹੜਾ ਉਹ ਕਲਕੱਤੇ ਉਹ ਹੋਇਆ ਉਹਦਾ ਸਿਰ ਉਹਦੇ ਮਤਲਬ ਉਹਦੇ 'ਚ ਰੋਸ 'ਚ ਅਤੇ ਇਹਨਾਂ ਨੇ ਕਰਤੀ ਬੰਦੀ। ਅਤੇ ਗੱਡੀ ਆਪਣੀ ਕੱਲ੍ਹ ਯਾਨੀ ਅੱਜ ਤਰੀਕ ਕਿੰਨੀ ਆ, ਹੈ ਮਿੰਟੂ ਤਰੀਕ ਕਿੰਨੀ ਅੱਜ? 29 ਹੈ ਮੇਰੇ ਖਿਆਲ ਆ। ਅਠਾਈ ਤਰੀਕ ਨੂੰ ਆਪਣੀ ਗੱਡੀ ਖਾਲੀ ਨਹੀਂ ਹੋਈ, ਹੈ ਨਾ। ਅਤੇ ਡੱਬੇ ਸੀਗੇ ਆਪਣੇ ਕੋਲ 500 ਨੇੜ ਦੇ ਡੱਬੇ ਆ ਅਤੇ ਇਹਨਾਂ ਨੇ ਫਿਰ ਕਹਿੰਦੇ ਭਾਈ ਅੱਜ ਤਾਂ ਕਹਿੰਦੇ ਬੰਦੀ ਹੋ ਗਈ ਵੀ ਚਲੋ ਇਹਨਾਂ ਦੇ ਵੀ ਨਹੀਂ ਬਸ ਸੀਗਾ, ਆਪਣੇ ਵੀ ਨਹੀਂ ਹੈ। ਅਤੇ ਗੱਡੀ ਕਹਿੰਦੇ ਵੀ ਅੱਜ ਖਾਲੀ ਨਹੀਂ ਹੋਊਗੀ। ਅਤੇ ਫਿਰ ਅਗਲੇ ਦਿਨ ਗੱਡੀ ਖਾਲੀ ਹੋਈ। ਕੱਲ੍ਹ ਵੀ ਆਪਾਂ ਕੀ ਕਰਦੇ, ਕੱਲ੍ਹ ਵੀ ਕੋਈ ਉਹ ਨਹੀਂ ਸੀ, ਉਹ ਇੱਧਰ ਆ ਗਿਆ ਨਾ ਚਾਹ ਵਾਲਾ। ਅਤੇ ਅੱਜ ਖਾਲੀ ਆਉਣੀ ਸਵੇਰੇ ਹੋ ਜਾਣੀ ਸੀ ਆਪਣੇ ਤੋਂ। ਅੱਗੇ ਜਿਹੜੀ ਗੱਡੀ ਖੜ੍ਹੀ ਸੀ ਨਾ ਪਾਰਕਿੰਗ 'ਚ, ਉਹਨੇ ਕੀ ਕੀਤਾ ਸਾਨੂੰ ਨਹੀਂ ਪਤਾ ਲੱਗਿਆ, ਅਸੀਂ ਗੱਡੀ 'ਚ ਬੈਠੇ ਤੇ ਉਹਨੇ ਸੈਲਫ ਕਲਵਾ ਲਿਆ। ਚੱਲ ਸੈਲਫ ਕਹਿੰਦਾ ਬਸ 10 ਮਿੰਟ ਦਾ ਕੰਮ ਆ, ਬਾਕੀ ਅਸੀਂ ਵੀ ਟੀਟ ਹੀ ਸਾਰਾ ਦਿਨ ਫਿਲਮਾਂ ਦਾ ਦੇਖਦੇ ਰਹੇ ਹਾਂ ਚੱਲੇ ਹੋਏ। ਤੇ ਕਹਿੰਦਾ ਤੇ ਵੀ 10 ਮਿੰਟ ਦਾ ਕੰਮ ਆ ਬਈ, ਉਹ ਹੋ ਜਾਣਾ ਫਿੱਟ ਮੇਰਾ ਤੇ ਉਹ ਇਹਨੇ ਨੂੰ ਗੱਡੀ ਖਾਲੀ ਕਰਨ ਆ ਗਏ। ਹੁਣ ਗੱਡੀ ਨਾ ਨਿਕਲੇ ਅੱਗੇ, ਗੱਡੀ ਸਾਈਡਾਂ 'ਚ ਵੀ ਗੱਡੀਆਂ, ਸਾਈਡਾਂ ਵਾਲੇ ਹੈ ਨਹੀਂ ਤੇ। ਅਤੇ ਫਿਰ ਕਹਿੰਦੇ ਭਾਈ ਉਹ ਚਲੇ ਗਏ ਦੂਜੀ ਗੱਡੀ ਖਾਲੀ ਕਰਨ, ਤਾਂ ਜਾ ਕੇ ਇੱਕ ਗੱਡੀ ਕਢਾਈ ਸਾਈਡ 'ਚੋਂ, ਫਿਰ ਖਾਸੀ ਵਾਰੀ ਅੱਗੇ ਪਿੱਛੇ ਕਰ ਕਰਕੇ ਗੱਡੀ, ਤਾਂ ਅਸੀਂ ਗੱਡੀ ਕੱਢੀ ਅਤੇ ਹੁਣ ਖਾਲੀ ਹੋ ਰਹੀ ਆ ਇੱਥੇ। ਖਾਲੀ ਕਰਕੇ ਚੱਲਾਂਗੇ ਪਠਾਨ ਦਾ, ਭਾੜਾ ਭੂੜਾ ਲੈ ਕੇ ਅਤੇ ਇਹਦੇ ਖਾਤੇ 'ਚ ਪਾਊਗਾ ਭਾੜਾ। ਅਤੇ ਬਾਕੀ ਹੁਣ ਚਾਹ ਪੀਣੇ ਆ, ਚਾਹ ਪੀ ਕੇ ਫਿਰ ਚੱਲਦੇ ਹਾਂ ਆਪਾਂ। ਉਹ ਸਾਹਮਣੇ ਚਾਹ ਵਾਲੀ ਦੁਕਾਨ ਆ। ਅਤੇ ਹੋਰ ਮਿੰਟੂ
ਓਕੇ ਰਿਪੋਰਟਾਂ 40 ਤੇ ਇੱਧਰ ਬਈ ਇਹਦੇ ਜਿਹੜਾ ਏਰੀਆ ਨਾ ਮਤਲਬ ਬੰਗਾਲ 'ਚ ਸਾਰੇ ਕਿਤੇ ਦੇਖਿਆ ਮੈਂ ਆਹ ਦੇਖਦੇ ਨਾ ਸਾਨੂੰ ਕੁਰਸੀਆਂ 'ਤੇ ਬੈਠੇ ਆਹ ਲਾਟਰੀ ਸਿਸਟਮ ਮਤਲਬ ਲਾਟਰੀਆਂ ਵੱਟਦੇ ਹਾਂ ਉਹਨਾਂ ਦਾ ਰਿਜ਼ਲਟ ਥੋੜ੍ਹੀ ਦੇਰ ਬਾਅਦ ਆ ਜਾਂਦਾ ਅਤੇ ਉਹਨੂੰ ਜਿਉਂ ਜਿਉਂ ਮਤਲਬ ਜਿਹਨੂੰ ਚਸਕਾ ਪੈ ਜਾਵੇ ਹੈ ਨਾ ਸਮਝ ਲਓ ਜੂਆ ਹੀ ਆ ਜਿਵੇਂ ਜੂਏ ਦਾ ਚਸਕਾ ਪੈ ਜਾਵੇ ਉਹਨਾਂ ਨੂੰ ਫਿਰ ਕਿੱਥੇ ਰਿਹਾ ਹੁੰਦਾ ਕਈ ਆਪਣੇ ਪੰਜਾਬੀ ਭਰਾ ਵੀ ਲੱਗੇ ਵੀ ਹੁੰਦੇ ਆ ਅਤੇ ਭਟਾਂ 'ਚ ਦੇਖੇ ਮੈਂ ਖੁਰਚਣ ਲਾਟਰੀਆਂ ਐਡੀ ਐਡੀਆਂ ਗੱਥੀਆਂ ਖਰੀਦਦੇ ਆ ਅਤੇ ਇਹਨਾਂ 'ਚ ਨਾਮ ਰੱਖਿਆ ਵਾ ਹੁੰਦਾ ਉਹ ਦੇਖੋ ਲਿਖਿਆ ਵਾ ਜਿਵੇਂ 1.50 ਕਰੋੜ ਮਤਲਬ 1.5 ਕਰੋੜ ਇੱਕ ਬੰਦੇ ਦੀ ਨਿਕਲੀ ਵੀ ਦੀ 2.5 ਲੱਖ ਰੁਪਈਆ ਬੰਦਾ ਵੀ ਮਿਲਵਾ ਦਾਂਗੇ ਤੁਹਾਨੂੰ ਨਾ ਬਈ ਚਾਹ ਪੀ ਕੇ ਆ ਗਏ ਸੀਗੇ ਆਪਾਂ ਅਤੇ ਮਾਲ ਰਹਿ ਗਿਆ ਆਪਣੀ ਗੱਡੀ 'ਚ ਥੋੜ੍ਹਾ ਜਿਹਾ ਹੀ ਬਾਕੀ ਇਹਨਾਂ ਨੇ ਪਾਲਟੀ ਕਰਿਆ ਬਾਕੀ ਵੀਰੇ ਉੱਤਰ ਰਿਹਾ ਮਾਲ ਸਾਰਾ ਅੰਡਾ ਹੀ ਅੰਡਾ ਪਿਆ ਇਹਨ ਬਾਊ ਜੀ ਦਾ ਮਾਲ ਲੈ ਕੇ ਆਏ ਹਾਂ ਹਮ ਇਤਨੀ ਦੂਰ ਸੇ ਅਤੇ ਟਰਾਂਸਪੋਰਟ ਵਾਲੇ ਨੂੰ ਕਰਿਆ ਤਾਂ ਫੋਨ ਕਹਿੰਦਾ ਅੱਜ ਤਾਂ ਲੱਗ ਗਈਆਂ ਗੱਡੀਆਂ ਜਿਹੜੀਆਂ ਲੱਗਣੀਆਂ ਸੀ ਕਹਿੰਦਾ ਕੱਲ੍ਹ ਨੂੰ ਦੇਖੋ ਮੈਂ ਕਿਹਾ ਚੱਲ ਲਾ ਦੀ ਲਾ ਓਏ ਮਿੱਤਰੋ ਚੱਲ ਪਏ ਆਪਾਂ ਗੱਡੀ ਖਾਲੀ ਕਰਕੇ ਅਤੇ ਨਾਲ ਆਪਣੇ ਲੇਬਰ ਵਾਲਾ ਬਾਈ ਕਿਆ ਨਾਮ ਹੈ ਤੁਹਾਡਾ ਮਜ਼ਦੂਲ ਹੈ ਇਹਨੇ ਉਤਰਨਾ ਕੁਝ ਪਿਆਰ ਅਤੇ ਇਹਨੂੰ ਉਤਾਰ ਕੇ ਆਪਾਂ ਸਿੱਧਾ ਲੰਘ ਜਾਵਾਂਗੇ ਆਪਣੀ ਡੈਸਟੀਨੇਸ਼ਨ 'ਤੇ ਮਿੱਤਰੋ ਹੰਸੀ ਮਾਰੇ ਵਾਲੇ ਰੋਡ 'ਤੇ ਜਾ ਰਹੇ ਹਾਂ ਆਪਾਂ ਇਹ ਆ ਰੋਡ ਆ ਸਾਰਾ ਇੱਦਾਂ ਦਾ ਹੀ ਸਿੰਗਲ ਜਿਹਾ ਰੋਡ ਆ ਅਤੇ ਜੰਗਲ ਵਾਲਾ ਰੋਡ ਆ ਹੈਂ ਉੱਧਰੋਂ ਅਲੀਪੁਰ ਦਾ ਆਉਣਾ ਆਪਾਂ ਗੁਰਦੁਆਰਾ ਸਾਹਿਬ ਤੋਂ ਇੱਧਰਲੇ ਪਾਸੇ ਨਿਕਲਾਂਗੇ ਸਿੰਗਲ ਰੋਡ ਆ ਲਓ ਇਹ ਮਿੱਤਰੋ ਜੰਗਲ 'ਚ ਹੋ ਗਏ ਐਂਟਰ ਹੁਣ ਇਹ ਪਰਚੀ ਕੱਟੀ ਆ ਸਾਡੀ ਇਹ 'ਚ ਸਾਰਾ ਐਡਰੈਸ ਉਹ ਲਿਖਿਆ ਕਿੱਥੋਂ ਆਏ ਹਾਂ ਕਿੱਥੇ ਜਾਣਾ ਕਿਆ ਮਾਲ ਹੈ ਮੈਂ ਕਿਹਾ ਖਾਲੀ ਹੈ ਅਤੇ ਪੈਸਾ ਪੂਸਾ ਕੋਈ ਨਹੀਂ ਲੱਗਿਆ ਉਰੇ ਅਤੇ ਕਹਿੰਦਾ ਜਿਹੜੀ ਅੱਗੇ ਵਾਲੀ ਉਹ ਹੈ ਚੈੱਕ ਪੋਸਟ ਆਊਗੀ ਵਾਂ ਪਰ ਦੇ ਕਰ ਨਿਕਲ ਜਾਣਾ ਠੀਕ ਹੈ ਜੀ ਅਤੇ ਹੁਣ ਇੱਥੋਂ 18 ਕਿਲੋਮੀਟਰ ਜਾਣਾ ਆਪਾਂ ਨੇ ਹਾਂ ਟਾਈਮ ਵੀ ਲਿਖਿਆ ਉਹਨੇ ਐਂਟਰੀ ਟਾਈਮ 8:11 ਦੇ ਆ ਸਾਰਾ ਜੰਗਲ ਹੈ ਜੰਗਲ
ਰਾਤ ਨੂੰ ਜਿਹੜਾ ਹਰਿਦੁਆਰ ਦੇ ਕੋਲ ਆ। ਪਹੁੰਚ ਗਏ ਦੋਈ ਚੱਕ ਪੋਸਟ ਤੇ ਆਪਾਂ ਤੇ ਹੁਣ ਬਾਹਰ ਨਿਕਲਾਂਗੇ। ਤਿੰਨ ਚਾਰ ਕਿਲੋਮੀਟਰ ਆ ਗਿਆ ਮਿਲਟਰੀ ਏਰੀਆ ਤੇ ਉਹ ਸਾਹਮਣੇ ਰੋਡ ਆ ਗਿਆ ਗੁਹਾਟੀ ਵਾਲਾ। ਅਰਵਿੰਦਰ ਨਾਲ ਆਏ ਰਦਾਵੇ ਕਦੇ ਤੂੰ ਬੰਬੇ ਕਦੇ ਗੁਹਾਟੀ ਆ ਇੱਧਰ ਸਾਰਾ ਮਿਲਟਰੀ ਏਰੀਆ ਪੰਜਾਬੀ ਵੀ ਬਹੁਤ ਆ ਉਰੇ
ਸਾਹਮਣੇ ਗੁਰਦੁਆਰਾ ਸਾਹਿਬ ਆ, ਇੱਥੇ ਲਾਈਏ ਗੱਡੀ, ਕਿੱਥੇ ਲਾਈਏ? ਨਾ ਵੀ ਮਿੱਤਰੋ ਖਾਣਾ ਪੀ ਲਈਏ ਕੁਛ। 9:47 ਹੋ ਗਏ ਅਤੇ ਆਪਾਂ ਜੈਗੋਂ ਪਹੁੰਚ ਗਏ ਅਤੇ ਰੋਟੀ ਲਈ ਖਾ, ਰੋਟੀ ਖਾ ਕੇ ਚਿੱਟਾ ਚਿੱਟਾ ਪੈਗ ਆਏ ਬਾਈ, ਥੈਲੀ ਥੈਲੀ ਮਾਰੀ ਦੁੱਧ ਦੀ, ਚੀਨੀ ਪਾ ਲਈ ਸੀਗੀ ਹਨਾ, ਜੇਰ ਗੇਰੂਆ ਹੋਈ ਨੀ ਹੋਣੀ, ਇੰਨੇ ਮੈਂ ਸੀਗੀ ਜੇਰ ਗਿਰ ਜਾ ਜਿੰਨਾ ਮਿੱਠਾ। ਤੇ ਮਿੱਤਰੋ ਸਟੋਰੇਜ ਹੋ ਗਈ ਸੀਗੀ ਫੁੱਲ, ਤੇ ਅੱਜ ਵਲੌਗ ਛੋਟਾ ਜਿਹਾ ਹੀ ਬਣਿਆ, ਜਿੰਨਾ ਕੁ ਵੀ ਬਣਿਆ ਠੀਕ ਆ, ਆਹੀ ਆ, ਆਹੀ ਦੇਖ ਕੇ ਕੰਮ ਚਲਾਉਣਾ ਪੈਣਾ ਤੁਹਾਨੂੰ। ਤੇ ਕਰਦੇ ਆ ਵਲੌਗ ਦਾ ਐਂਡ, ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਨਾਲ ਨਾਲ ਇਹਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ, ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ। ਅਸੀਂ ਕਾਲ ਮਿਲਦੇ ਹਾਂ ਅਗਲੇ ਵਲੌਗ, ਜਦ ਤੱਕ ਰੱਬ ਰਾਖਾ। ਤੇ ਬਾਈ ਜਿਹੜੀ ਮੈਂ ਕੱਲ ਵੀਡੀਓ ਦਾ ਥੰਬਨੇਲ ਉਹ ਪਾਇਆ ਸੀਗਾ ਪਿੱਛੇ ਜੇ, ਮੈਂ ਨਹੀਂ ਪਤਾ ਯਾਰ ਉਹ ਕੱਲ ਵਾਲੀ ਇੱਕ ਪਰਸੋਂ ਵਾਲੀ, ਤੇ ਬਈ ਆਹ ਪਹਿਲੀ ਯਾਰ ਲਾਸਟ ਵੀਡੀਓ, ਉਹ ਬਾਈ ਵਲੌਗ ਨਹੀਂ ਕਿਹਾ ਸੀਗਾ ਵੀ ਮੈਂ ਵਲੌਗ ਬੰਦ ਕਰਨ ਲੱਗਾ, ਮੈਂ ਇਹਦੀ ਗੱਲ ਕੀਤੀ ਸੀਗੀ ਵੀ ਮੈਂ ਮਿੰਟੂ ਬਾਰੇ ਜਿਹੜੀ ਗੱਲ ਕਰਨੀ ਹੈ ਵੀ ਪਹਿਲੀ ਯਾਰ ਲਾਸਟ ਵੀਡੀਓ ਆ, ਵੀ ਇਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਪਾਉਣੀ ਇਸ ਮੁੱਦੇ 'ਤੇ, ਵੀ ਵਾਰ ਵਾਰ ਨਾ ਪੁੱਛੀ ਜਾਓ ਵੀ ਕੀ ਗੱਲ ਹੋ ਗਈ ਤੁਹਾਡੀ ਯਾਰ, ਤੁਹਾਨੂੰ ਵੀ ਕੀ ਗੱਲ ਹੋ ਗਈ ਠੀਕ ਆ, ਉਹ ਗੱਲ ਕਹਿੰਦਾ ਨਾ ਮੈਂ ਵੀ ਉਹ ਲਾਸਟ ਵੀਡੀਓ ਆ ਮੇਰੀ, ਆਪਾਂ ਜੋ ਤੁਹਾਨੂੰ ਦੱਸਣਾ ਤਾਂ ਦੱਸਤਾ।